ਰੇਡੀਨ ਖਬਰ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਜੌਲੀ ਦਾ ਕਹਿਣਾ ਹੈ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਯੋਜਨਾ 트੍ਰੰਪ ਦੇ ਦੇਸ਼ ਨਿਕਾਲੇ ਦੀਆਂ ਧਮਕੀਆਂ ਦਾ ਸਾਹਮਣਾ ਕਰ ਰਹੀ ਹੈ। ਆਟਵਾ ਦੀ ਗੱਲ ਕਰੀਏ ਤਾਂ ਵਿਦੇਸ਼ੀ ਮਾਮਲੇ ਦੀ ਮੰਤਰੀ ਮੀਲਾਨੀ ਜੌਲੀ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡਾ ਦੇਸ਼ ਵਿੱਚ ਦਾਖਲ ਹੋਣ ਵਾਲੇ ਨਵੇਂ ਲੋਕਾਂ ਦੀ ਗਿਣਤੀ ਤੇ ਲਗਾਮ ਲਗਾਉਣ ਦੀ ਆਪਣੀ ਯੋਜਨਾ ਤੇ ਕੰਮ ਰਹੇਗਾ। ਇਸ ਚਿੰਤਾ ਦੇ ਬਾਵਜੂਦ ਡੋਨਾਲਡ 트੍ਰੰਪ ਦੇ ਮੁੜ ਚੁਣੇ ਜਾਣ ਨਾਲ ਅਮਰੀਕਾ ਤੋਂ ਪ੍ਰਵਾਸੀਆਂ ਦੀ ਆਮਦ ਵਧ ਸਕਦੀ ਹੈ। ਇਸ ਹਫ਼ਤੇ ਟਰੰਪ ਦੀ ਨਿਰਨਾਇਕ ਜਿੱਤ ਨੇ ਤੁਰੰਤ ਸਰਦ ਬਾਰੇ ਚਰਚਾ ਸ਼ੁਰੂ ਕੀਤੀ ਹੈ ਕਿਉਂਕਿ ਉਸਨੇ ਲੋਕਾਂ ਨੂੰ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦਾ ਵਾਅਦਾ ਕੀਤਾ ਹੈ ਜੋ ਗੈਰ ਕਾਨੂੰਨੀ ਤੇ ਸਹੀ ਦਸਤਾਵੇਜ਼ ਤੋਂ ਬਿਨਾਂ ਦੇਸ਼ ਵਿੱਚ ਰਹਿ ਰਹੇ ਨੇ ਉਸਦੇ ਪਹਿਲੇ ਪ੍ਰਸ਼ਾਸਨ ਦੌਰਾਨ ਇਮੀਗ੍ਰੇਸ਼ਨ ਵਿਵਧੀ ਨੀਤੀਆਂ ਅਤੇ ਬਿਆਨਬਾਜ਼ੀ ਨੇ ਕੈਨੇਡਾ ਵਿੱਚ ਪ੍ਰਵਾਸੀਆਂ ਦੇ ਵਾਅਦੇ ਨੂੰ ਪ੍ਰੇਰਿਆ ਖਾਸ ਕਰਕੇ ਕਿਊਬਕ ਵਿੱਚ ਇੱਕ ਪਿੰਡੂ ਸਰਦ ਸੜਕ ਤੇ ਕੈਨੇਡਾ ਨੇ ਹਾਲ ਹੀ ਵਿੱਚ ਨਵੇਂ ਆਉਣ ਵਾਲਿਆਂ ਦੀ ਗਿਣਤੀ ਵਿੱਚ ਕਟੌਤੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਪਰ ਜੋਲੀ ਨੇ ਕਿਹਾ ਕਿ ਇਹ ਨਹੀਂ ਬਦਲੇਗਾ ਜਦੋਂ ਵੀਰਵਾਰ ਨੂੰ ਇੱਕ ਰਿਪੋਰਟਰ ਦੁਆਰਾ ਪੁੱਛੇ ਗਏ ਸਵਾਲ ਕਿ ਪ੍ਰਵਾਸੀਆਂ ਦੀ ਸੰਭਾਵੀ ਵਾਧੇ ਦੇ ਕੈਨੇਡਾ ਦੀ ਕੀ ਯੋਜਨਾ ਹੈ ਜੋਲੀ ਨੇ ਕਿਹਾ ਕਿ ਅਸੀਂ ਮਾਈਗ੍ਰੇਸ਼ਨ ਸਿਸਟਮ ਚਾਹੁੰਦੇ ਹਾਂ ਜਿਸ ਤੇ ਕੈਨੇਡਾ ਭਰੋਸਾ ਕਰਦਾ ਅਸੀਂ ਇਸ ਦਾ ਪਛਾਣ ਕਰਾਂਗੇ ਅਤੇ ਇਸ ਲਈ ਕੈਨੇਡੀਅਨ ਲੋਕਾਂ ਦਾ ਭਰੋਸਾ ਰੱਖਣ ਲਈ ਇਮੀਗ੍ਰੇਸ਼ਨ ਟਿਚਿਆਂ ਨੂੰ 20% ਘਟਾਉਣ ਦਾ ਫੈਸਲਾ ਕੀਤਾ ਗਿਆ ਹੈ ਐਨ ਡੀ ਪੀ ਐਮ ਪੀ ਜੈਨੀ ਕਾਵਰ ਨੇ ਕਿਹਾ ਹੈ ਕਿ ਆਟਵਾ ਇੱਕ ਅਜਿਹੀ ਯੋਜਨਾ ਦੀ ਲੋੜ ਹੈ ਮਾਨਵਵਾਦੀ ਤਰੀਕੇ ਨਾਲ ਪ੍ਰਵਾਸੀ ਦੀ ਆਮਦ ਲਈ ਤਿਆਰ ਰਹੇ ਉਸ ਨੇ ਕਿਹਾ ਕਿ ਉਹਨਾਂ ਨੂੰ ਕੈਨੇਡਿਆ ਨਾਲ ਖੁੱਲੇ ਅਤੇ ਪਾਰਦਰਸ਼ੀ ਹੋਣ ਦੀ ਜ਼ਰੂਰਤ ਹੈ ਟਰੰਪ ਦੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਨ ਟੂਡੋ ਨੇ ਕੈਨੇਡਾ ਅਮਰੀਕਾ ਸਬੰਧਾਂ ਦੀ ਕੈਬਨਟ ਕਮੇਟੀ ਨੂੰ ਮੁੜ ਸੁਰਜੀਤ ਕੀਤਾ ਜਿਸ ਦੀ 2021 ਵਿੱਚ ਟਰੰਪ ਦੇ ਅਹੁਦਾ ਛੱਡਣ ਤੋਂ ਬਾਅਦ ਮੀਟਿੰਗ ਨਹੀਂ ਹੋਈ ਸੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਅਤੇ ਪਬਲਿਕ ਸੇਫਟੀ ਮੰਤਰੀ ਡੋਮਿਕ ਲੈਬ ਲੈਬ ਲਾਇਕ ਨੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਲਈ ਜ਼ਿੰਮੇਵਾਰ ਤੇ ਇਸ ਦੇ ਮੈਂਬਰਾਂ ਵਿੱਚ ਅਸੀਂ ਇੱਕ ਯੋਜਨਾ ਤਿਆਰ ਕਰ ਰਹੇ ਹਾਂ ਜੋਲੀ ਨੇ ਆਉਣ ਵਾਲੇ ਟਰੰਪ ਪ੍ਰਸ਼ਾਸਨ ਬਾਰੇ ਕਿਹਾ ਕਿ ਨੋਟ ਕੀਤਾ ਕਿ ਕਮੇਟੀ ਸ਼ੁੱਕਰਵਾਰ ਨੂੰ ਆਪਣੀ ਪਹਿਲੀ ਮੀਟਿੰਗ ਕਰੇਗੀ ਬਲਾਕ ਦੇ ਵਿਸ ਦੇ ਨੇਤਾਵਾਂ ਹਵਸ ਨੇ ਲੈਬਰਾਂ ਤੇ ਲੰਮੇ ਸਮੇਂ ਤੋਂ ਕਿਊਬਕ ਦੇ ਅੰਦਰ ਰੋਖੇਮ ਰੋਡ ਬਾਰਡਰ ਕਰਾਸਿੰਗ ਰਾਈ ਕੈਨੇਡਾ ਵਿੱਚ ਦਾਖਲ ਹੋਣ ਵਾਲਿਆਂ ਸ਼ਰਨ ਮੰਗਣ ਵਾਲਿਆਂ ਦੇ ਮੁੱਦੇ ਨੂੰ ਘੱਟ ਕਰਨ ਦਾ ਦੋਸ਼ ਲਗਾਇਆ ਇੱਕ ਵਾਰ ਫਿਰ ਸਰਕਾਰ ਇਸ ਤੇ ਸਪਸ਼ਟ ਨਹੀਂ ਹੈ ਕਿ ਬਹੁਤ ਗੰਭੀਰਤਾ ਜੋ ਸਥਿਤੀ ਬਣੀ ਹੈ ਇਸ ਤੋਂ ਮੰਨਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਉਸਨੇ ਕਿਹਾ ਕਿ ਆਟਮਨ ਨੂੰ ਬਾਰਡਰ ਐਂਟਰੀ ਪੁਆਇੰਟ ਤੇ ਸਟਾਫ ਤਾਇਨਾਤ ਕਰਨ ਲਈ ਕਿਹਾ ਗਿਆ ਹੋ ਸਕਦਾ ਹੈ ਕਿ 2017 ਦੀ ਸਥਿਤੀ ਬਿਲਕੁਲ ਨਾ ਰਹੇ ਪਿਛਲੇ ਸਾਲ ਜਦੋਂ ਰਾਸ਼ਟਰਪਤੀ ਜੋਬ ਆਈਡਨ ਆਟੋਮਾ ਵਿੱਚ ਸੰਤ ਹਾਊਸ ਨੇ ਟੂਡੋ ਨੂੰ ਸੁਰੱਖਿਅਤ ਟੰਡਰ ਘੰਟੀ ਸਮਝੌਤੇ ਦੇ ਸੌਧ ਕਰਨ ਲਈ ਇੱਕ ਸੌਦੇ ਦਾ ਐਲਾਨ ਕੀਤਾ ਸੀ ਇਸ ਨੀਤੀਆਂ ਮਤਲਬ ਕਿ ਸ਼ਰਨ ਮੰਗਣ ਵਾਲਿਆਂ ਕਿਸੇ ਵੀ ਦੋ ਦੇਸ਼ ਤੋਂ ਦੂਜੇ ਦੇਸ਼ ਵਿੱਚ ਦਾਖਲ ਹੋਣ ਦਾ ਦਾਅਵਾ ਕਰਨ ਦੇ ਯੋਗ ਨਹੀਂ ਹਨ ਪਰ ਪਹਿਲਾ ਇਹ ਸਿਰਫ ਅਧਿਕਾਰਿਕ ਸਰਹੱਦੀ ਕ੍ਰਾਸਿੰਗ ਤੇ ਲਾਗੂ ਹੁੰਦਾ ਸੀ ਇਹ 19 ਪੂਰੀ ਸਰਦ ਤੇ ਲਾਗੂ ਹੁੰਦਾ ਅਤੇ ਅਣਅਧਿਕਾਰਿਕ ਕ੍ਰਾਸਿੰਗ ਦੇ ਕਿੱਤੇਗੇ ਇਹ ਸਾਰੇ ਸ਼ਰਮ ਦੇ ਦਾਅਵਿਆਂ ਲਈ ਕਾਫੀ ਘੱਟ ਵਾਸ਼ਿੰਗਟਨ ਡੀਸੀ ਵਿੱਚ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਸੀਨੀਅਰ ਫੈਲੋ ਮੁਜ਼ੱਫਰ ਚਿਸ਼ਟੀ ਨੇ ਇਹ ਵੀ ਕਿਹਾ ਕਿ ਪ੍ਰਵਾਸੀ ਸੰਭਾਵਿਤ ਤੌਰ ਤੇ ਇੰਤਜ਼ਾਰ ਕਰੋ ਅਤੇ ਦੇਖੋ ਪਹੁੰਚ ਆਪਣਾ ਕਰ ਸਕਦੇ ਹਨ 트럼ਪ ਹਰ ਗੱਲ ਤੇ ਨੀਤੀ ਨਹੀਂ ਬਦਲ ਸਕਦਾ ਇਸ ਦਾ ਮਤਲਬ ਇਹ ਹੈ ਕਿ ਕੁਝ ਲੋਕ ਸ਼ਾਇਦ ਨਹੀਂ ਛੱਡਣਗੇ ਪਰ ਮੈਨੂੰ ਲੱਗਦਾ ਹੈ ਕਿ 트럼ਪ ਪ੍ਰਸ਼ਾਸਨ ਦੁਆਰਾ ਕਾਰਵਾਈ ਦੀ ਪਰਤਕਿਰਿਆ ਇਹ ਨਿਰਧਾਰਤ ਕਰੇਗੀ ਕਿ ਦੇਸ਼ ਲੋਕ ਦੇਸ਼ ਵਿੱਚ ਰਹਿਣ ਬਾਰੇ ਆਪਣੇ ਇਰਾਦੇ ਬਦਲ ਸਕਦੇ ਨੇ ਉਸਨੇ ਕਿਹਾ ਕਿ ਕੈਨੇਡਾ ਕਿਵੇਂ ਪ੍ਰਤੀਕਿਰਿਆ ਕਰਦਾ ਏ ਇਸ ਦੀ ਪ੍ਰਮੁੱਖ ਭੂਮਿਕਾ ਨਿਭਾਏਗੀ ਕਿ ਪ੍ਰਵਾਸੀ ਸੰਕਟ ਹੋਵੇਗਾ ਜਾਂ ਨਹੀਂ ਜੇਕਰ ਉਹ ਮੰਨਦੇ ਨੇ ਤਾਂ ਕੈਨੇਡਾ ਵਿੱਚ ਕੋਈ ਸਵਾਗਤ ਨਹੀਂ ਹੈ ਤੇ ਨਾ ਹੀ ਉਹ ਜਾ ਰਹੇ ਨੇ ਉਸਨੇ ਇਹ ਗੱਲ ਆਖੀ ਹੈ 2017 ਵਿੱਚ ਪ੍ਰਧਾਨ ਮੰਤਰੀ ਜਸਟਨ ਟੂਡੋ ਨੇ ਟਵੀਟ ਕੀਤਾ ਕਿ ਦੇਸ਼ ਸ਼ਰਨਾਰਥੀਆਂ ਦਾ ਸਵਾਗਤ ਕਰੇਗਾ ਜਦੋਂ ਟਰੰਪ ਨੇ ਮੁਸਲਮ ਬਹੁ ਗਿਣਤੀ ਵਾਲੇ ਦੇਸ਼ਾਂ ਦੇ ਸ਼ਰਨਾਰਥੀਆਂ ਦੇ ਪਹੁੰਚ ਦੀ ਲਾਉਣ ਵਾਲਾ ਇੱਕ ਕਾਰਜਕਾਰੀ ਅਦੇਸ਼ ਜਾਰੀ ਕੀਤਾ। ਇੱਕ ਅਜਿਹਾ ਕਦਮ ਜੋ ਵਿਆਪਕ ਤੌਰ ਤੇ 트ੰਪ ਦੀ ਨਿੰਦਾ ਦਾ ਜਵਾਬ ਵਜੋਂ ਦੇਖਿਆ ਜਾਂਦਾ ਸੀ। ਬਾਅਦ ਵਿੱਚ ਜਾਣਕਾਰੀ ਬੇਨਤੀ ਤੱਕ ਪਹੁੰਚ ਹਾਜ਼ਰ ਕਰਦੇ ਹੋਏ ਦਸਤਾਵੇਜ਼ ਰਾਹੀਂ ਇਹ ਰਿਪੋਰਟ ਕੀਤੀ ਗਈ ਕਿ ਟਵੀਟ ਦੇ ਨਤੀਜੇ ਵਜੋਂ ਕੈਨੇਡਾ ਵਿੱਚ ਸ਼ਰਨ ਕਿਵੇਂ ਮੰਗਣੀ ਹੈ ਇਸ ਬਾਰੇ ਪਿੱਛੇ ਵਿੱਚ ਵਿੱਚ ਇੱਕ ਆਮਦ ਹੋਈ ਹੈ। ਕ੍ਰੀਡਨ ਪ੍ਰੈਸ ਦੁਆਰਾ ਇਹ ਰਿਪੋਰਟ 7 ਨਵੰਬਰ ਨੂੰ ਪ੍ਰਕਾਸ਼ਿਤ ਕੀਤੀ ਗਈ ਸੀ।